ਖੁਸ਼ਖਬਰੀ 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 ਇਹ ਹੈ ਕਿ ਬਹੁਤ ਜਲਦ ਐਲਬਮ ਜਿਹੜੀ ਆ ਉਹ ਆਉਣ ਵਾਲੀ ਹੈ। ਦਸੰਬਰ ਦੀ ਤਰੀਕ ਮੈਂ ਜਲਦੀ ਤੁਹਾਨੂੰ ਦੱਸ ਦੂੰਗਾ। ਦਿਲਜੀਤ ਦੋਸਾਂਝ ਜੋ ਹਰ ਵਾਰ ਆਪਣੇ ਫੈਨਸ ਲਈ ਇੱਕ ਸਰਪ੍ਰਾਈਜ਼ ਲੈ ਕੇ ਆਉਂਦੇ ਨੇ, ਤੇ ਇਸ ਵਾਰ ਫਿਰ ਦਿਲਜੀਤ ਰੈਡੀ ਨੇ ਇੱਕ ਵੱਡੇ ਸਰਪ੍ਰਾਈਜ਼ ਦੇ ਨਾਲ। ਜੀ ਹਾਂ, ਦਿਲਜੀਤ ਦੋਸਾਂਝ ਦਸੰਬਰ ਵਿੱਚ ਐਲਬਮ ਰਿਲੀਜ਼ ਕਰਨ ਜਾ ਰਹੇ ਨੇ ਤੇ ਇੱਕ ਫੋਕ ਐਲਬਮ ਹੋਏਗੀ। ਇਸ ਐਲਬਮ ਦੇ ਸਾਰੇ ਗਾਣੇ ਲਿਖੇ ਨੇ ਰਣਬੀਰ ਸਿੰਘ ਨੇ ਤੇ ਮਿਊਜ਼ਿਕ ਕੀਤਾ ਜਤਿੰਦਰ ਸ਼ਾਹ ਨੇ। ਖੁਸ਼ਖਬਰੀ 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 ਇਹ ਹੈ ਕਿ ਬਹੁਤ ਜਲਦ ਐਲਬਮ ਜਿਹੜੀ ਆ ਉਹ ਆਉਣ ਵਾਲੀ ਹੈ। ਦਸੰਬਰ ਦੀ ਤਰੀਕ ਮੈਂ ਜਲਦੀ ਤੁਹਾਨੂੰ ਦੱਸ ਦੂੰਗਾ। ਦਸੰਬਰ ਮਹੀਨੇ ਪੰਜਾਬੀ ਫੋਕ ਐਲਬਮ ਸ਼ੁਰੂ ਤੋਂ ਲੈ ਕੇ ਐਂਡ ਤੱਕ ਭੰਗੜਾ ਭੰਗੜੇ ਵਾਲੇ ਗਾਣੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਜਾਣਗੇ। ਰਣਵੀਰ ਸਿੰਘ ਦੇ ਲਿਖੇ ਗਾਣੇ ਸਾਰੇ ਦੇ ਸਾਰੇ ਅਤੇ ਜਤਿੰਦਰ ਸ਼ਾਹ ਭਾਈ ਦਾ ਮਿਊਜ਼ਿਕ ਹੈ। ਕੰਪਨੀ ਕੋਈ ਵੀ ਹੋ ਸਕਦੀ ਹੈ, ਮੈਂ ਆਪ ਵੀ ਕਰ ਸਕਦਾ, ਕੋਈ ਐਸੀ ਗੱਲ ਨਹੀਂ ਹੈ। ਅਤੇ ਬਸ ਜਲਦੀ ਪੇਸ਼ ਕਰ ਦਿੱਤੇ ਜਾਣਗੇ। ਬਹੁਤ ਆਨੰਦ ਆ ਰਿਹਾ ਸੁਣ ਕੇ ਟੇਪ, ਬਸ ਤੁਸੀਂ ਜਲਦੀ ਸੁਣੋਗੇ ਮੇਰੀ ਟੇਪ, ਆਉਣ ਵਾਲੀ ਨਵੀਂ ਟੇਪ ਜਿਹਦਾ ਨਾਮ ਹੈ ਜਲਦੀ ਦੱਸਾਂਗੇ। ਖਾਸ ਗੱਲ ਇਹ ਹੈ ਕਿ ਦਿਲਜੀਤ ਦੋਸਾਂਝ ਇਸ ਨੂੰ ਆਪਣੀ ਹੋਮ ਪ੍ਰੋਡਕਸ਼ਨ ਯਾਨੀ ਕਿ ਦੋਸਾਂਝਾ ਵਾਲਾ ਪ੍ਰੋਡਕਸ਼ਨਸ ਦੇ ਅੰਡਰ ਪ੍ਰੈਜ਼ੈਂਟ ਕਰ ਰਹੇ ਨੇ। ਭਾਜੀ ਜਿਹੜੀ ਟੇਪ ਆ ਰਹੀ ਹੈ ਦਸੰਬਰ ਦੇ ਵਿੱਚ ਮੇਰੀ ਭੰਗੜੇ ਵਾਲੀ, ਤੇ ਉਹਦਾ ਕੀ ਨਾਮ ਹੈ? ਪੰਜਾਬੀਆਂ ਦਾ ਲੋਕ ਨਾਚ ਭੰਗੜਾ ਐਲਬਮ ਦਾ ਨਾਮ ਹਲੇ ਰਿਵੀਲ ਨਹੀਂ ਕੀਤਾ ਗਿਆ। ਦਿਲਜੀਤ ਨੇ ਸੋਸ਼ਲ ਮੀਡੀਆ ਤੇ ਇੱਕ ਪਿਕਚਰ ਅਪਲੋਡ ਕੀਤੀ ਹੈ ਜੋ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ, ਜਿਸ ਦੀ ਕੈਪਸ਼ਨ ਹੈ ਐਨ ਓਡ ਟੂ ਦ ਗੋਲਡਨ ਸਟਾਰ ਲਿਵਿੰਗ ਲੈਜੈਂਡ ਮਲਕੀਤ ਸਿੰਘ ਜੀ। ਦਿਲਜੀਤ ਦਾ ਕਹਿਣਾ ਹੈ ਇੱਥੋਂ ਹੀ ਸਟਾਰਟ ਕੀਤਾ ਸੀ ਕੰਮ, ਜਿੰਨਾ ਮਰਜ਼ੀ ਗੁੱਚੀ ਬੜੂਚੀ ਪਾ ਲੈ, ਜਿੰਨੀਆਂ ਮਰਜ਼ੀ ਪੰਜਾਬੀ ਬਾਲੀਵੁੱਡ ਫਿਲਮਾਂ ਕਰ ਲੈ, ਦੋਸਾਂਝਾਂ ਵਾਲਿਆ ਰਹਿਣਾ ਪਿੰਡ ਵਾਲਾ ਦੇਸੀ ਹੀ ਹੈ ਤੂੰ, ਇਹ ਬਲੱਡ ਚ ਹੈ, ਕੀ ਕਹਿੰਦੇ ਹੁੰਦੇ ਆ DNA ਹੀ ਪੰਜਾਬੀ ਫੋਕ ਆ। ਉਮੀਦ ਕਰਦੇ ਹਾਂ ਕਿ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਐਲਬਮ ਤੁਹਾਨੂੰ ਸਾਰਿਆਂ ਨੂੰ ਭੰਗੜਾ ਪਾਉਣ ਤੇ ਮਜਬੂਰ ਕਰ ਦੇਗੀ, ਤੇ ਜਦੋਂ ਨਾਲ ਜ਼ਿਕਰ ਹੋ ਜਾਏ ਗੋਲਡਨ ਸਟਾਰ ਮਲਕੀਤ ਸਿੰਘ ਦਾ ਫਿਰ ਤਾਂ ਗੱਲ ਹੀ ਵੱਖਰੀ ਹੈ। ਸੋ ਤੁਸੀਂ ਕਰੋ ਥੋੜੀ ਜਿਹੀ ਵੇਟ ਹੋਰ, ਕਿਉਂਕਿ ਦਸੰਬਰ ਵਿੱਚ ਦਿਲਜੀਤ ਰਿਲੀਜ਼ ਕਰਨ ਜਾ ਰਹੇ ਨੇ ਆਪਣੀ ਫੋਕ ਐਲਬਮ, ਤੇ ਦੇਖਦੇ ਰਹੋ ਸਵੇਰਾ TV।